ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ, ਮੈਂ ਮਨਵੀਰ ਕੌਰ। ਖਾਸ ਵੀਡੀਓ ਰਿਪੋਰਟਸ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਜਿਹੜੇ ਮਸਲੇ ਪੰਜਾਬ ਨਾਲ ਜੁੜੇ ਹੁੰਦੇ ਨੇ। ਔਰ ਪੰਜਾਬ ਦੀ ਇਸ ਸਮੇਂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਦੋ ਅਲੱਗ ਅਲੱਗ ਪਹਿਲੂਆਂ ਦੇ ਉੱਤੇ ਹੈ। ਪਹਿਲਾ ਪਹਿਲੂ ਹੈ ਪੰਜਾਬ ਦੇ ਪਾਣੀ ਦਾ ਕ੍ਰਾਈਸਿਸ। ਆਪਾਂ ਦੇਖਿਆ ਲੁਧਿਆਣਾ ਦੇ ਵਿੱਚ ਵੱਡੀ ਰੈਲੀ ਕਾਲੇ ਪਾਣੀ ਦੇ ਮੋਰਚੇ ਤੇ ਆਰਗੇਨਾਈਜ਼ ਹੁੰਦੀ ਆਪਾਂ ਦੇਖੀ ਹੈ, ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ। ਔਰ ਗਰਾਊਂਡ ਲੈਵਲ ਜਿਹੜਾ ਪਾਣੀ ਦਾ ਗਰਾਊਂਡ ਵਾਟਰ ਲੈਵਲ ਹੈ ਉਹ ਡਿਪਲੀਟ ਹੋ ਰਿਹਾ, ਵੱਡੀ ਚਿੰਤਾ ਦਾ ਕਾਰਨ ਹੈ। ਦੂਸਰੀ ਵੱਡੀ ਪ੍ਰੋਬਲਮ ਹੈ ਪੰਜਾਬ ਦਾ ਫਾਈਨੈਂਸ਼ੀਅਲ ਇਨਡਿਸਿਪਲਿਨ। ਪੰਜਾਬ ਬਾਰ ਬਾਰ ਕੇਂਦਰ ਸਰਕਾਰ ਨੂੰ ਆਪਣੇ ਕਰਜ਼ੇ ਦੀ ਲਿਮਿਟ ਵਧਾਉਣ ਲਈ ਰਿਕੁਐਸਟ ਕਰ ਰਿਹਾ ਹੈ। ਪੰਜਾਬ ਦਾ ਇਸ ਸਮੇਂ ਜਿੰਨੀ ਕਮਾਈ ਹੈ ਉਸ ਕਮਾਈ ਦਾ 48% ਸਾਡੇ 'ਤੇ ਕਰਜ਼ਾ ਹੈ। ਜਿੰਨੀ ਕਮਾਈ ਹੁੰਦੀ ਆ ਉਹਦਾ ਅੱਧਾ ਤਾਂ ਹਿੱਸਾ ਸਿੱਧਾ ਹੀ ਕਰਜ਼ਾ ਲਾਉਣ ਔਰ ਬਾਕੀ ਦਾ ਬਚਿਆ ਪੈਨਸ਼ਨਾਂ ਦੇਣ ਦੇ ਵਿੱਚ, ਸਬਸਿਡੀਆਂ ਦੇਣ ਔਰ ਤਨਖਾਹਾਂ ਦੇਣ 'ਚ ਚਲਾ ਜਾਂਦਾ। ਪੰਜਾਬ ਕਿਤੇ ਵੀ ਜਿਹੜੀ ਕੈਪੀਟਲ ਐਕਸਪੈਂਡੀਚਰ ਹੈ ਜਿਹਦੇ 'ਚੋਂ ਆਪਾਂ ਭਵਿੱਖ ਲਈ ਕੁਛ ਇੰਸਟੀਟਿਊਸ਼ਨਸ ਬਣਾਉਣੇ ਆ, ਜਿਹੜੇ ਅਦਾਰੇ ਆਪਾਂ ਨੂੰ ਰਿਟਰਨ ਦੇਣ ਔਰ ਆਉਣ ਵਾਲੇ ਸਮੇਂ ਦਾ ਬਿਹਤਰ ਪੰਜਾਬ ਬਣ ਸਕੇ, ਉਹ ਸਾਡੇ ਸਾਹਮਣੇ ਨਹੀਂ ਹੈ। ਕਈ ਵਾਰੀ ਮੀਡੀਆ ਦੇ ਵਿੱਚ ਇਹ ਗੱਲ ਆਈ ਹੈ ਕਿ ਪੰਜਾਬ ਸਰਕਾਰ ਨਵੀਂ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਔਰ ਸ਼ਾਇਦ ਐਮਚਿਓਰ ਸਰਕਾਰ ਹੈ ਅਤੇ ਹੌਲੀ ਹੌਲੀ ਸਿੱਖ ਰਹੀ ਹੈ, ਇਸ ਕਰਕੇ ਬਹੁਤ ਗਲਤੀਆਂ ਹੋ ਰਹੀਆਂ ਨੇ, ਕਈ ਫੈਸਲੇ ਜਿਹੜੇ ਉਹਨਾਂ ਤੋਂ ਯੂ ਟਰਨ ਲੈਣੀ ਪਈ ਹੈ। ਮੈਂ ਪਿੱਛੇ ਵੀ ਵੀਡੀਓ ਬਣਾਈ ਸੀ ਜਿਹਦੇ 'ਚ ਗੱਲ ਕੀਤੀ ਸੀ ਕਿ ਬਹੁਤ ਵੱਡੇ ਮੈਟਰ ਜਿਹੜੇ ਨੇ ਪੰਜਾਬ ਦੇ, ਚਾਹੇ ਨਸ਼ੇ ਨਾਲ ਜੁੜਿਆ, ਚਾਹੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜ਼ਮੀਨਾਂ ਦੇ ਨਾਲ ਜੁੜਿਆ, ਜ਼ਮੀਨਾਂ ਐਕੁਆਇਰ ਕਰਨ ਦਾ, ਚਾਹੇ ਮਾਈਨਿੰਗ ਦੇ ਨਾਲ ਜੁੜਿਆ, ਚਾਹੇ ਕਿਹੜੇ ਮਸਲੇ ਨੇ, ਸਾਰੇ ਦੇ ਸਾਰੇ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਪਾ ਕੇ ਹਾਈ ਕੋਰਟ ਤੋਂ ਹੀ ਆਪਣੇ ਸਾਹਮਣੇ ਹੁਕਮ ਆ ਰਹੇ ਨੇ ਅਤੇ ਪੰਜਾਬ ਦੀ ਸਰਕਾਰ ਉਹਨਾਂ ਹੁਕਮਾਂ ਨੂੰ ਲਾਗੂ ਕਰ ਰਹੀ ਹੈ, ਅਪ ਟੂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੈਟਰ। ਸੋ ਇਸੇ ਤਰ੍ਹਾਂ ਅੱਜ ਦੀ ਇੱਕ ਵੱਡੀ ਖਬਰ ਇਹ ਬਣੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮੋਟਰਾਂ 'ਤੇ ਫ੍ਰੀ ਬਿਜਲੀ ਜਾਂਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਮੋਟਰਾਂ ਇਹੋ ਜਿਹੀਆਂ ਨੇ ਜਿਹੜੀਆਂ ਨਜਾਇਜ਼ ਤੌਰ 'ਤੇ 24 ਘੰਟੇ ਵਾਲੀ ਬਿਜਲੀ ਸਪਲਾਈ 'ਤੇ ਚੱਲ ਰਹੀਆਂ ਸੀ ਅਤੇ ਹੁਣ ਪਾਵਰ ਕਾਰਪੋਰੇਸ਼ਨ ਨੇ ਫੈਸਲਾ ਲਿਆ ਹੈ ਕਿ ਉਹਨਾਂ ਮੋਟਰਾਂ 'ਤੇ, ਹਜੇ ਫੈਸਲਾ ਲਿਆ ਨਹੀਂ ਹੈ, ਕੇਵਲ ਗੱਲਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਉਹਨਾਂ 'ਤੇ ਫੈਸਲਾ ਲਿਆ ਜਾਵੇ ਅਤੇ ਉਹ ਜਿਹੜੀਆਂ 9,000 ਤਕਰੀਬਨ ਮੋਟਰਾਂ ਨੇ ਉਹਨਾਂ 'ਤੇ ਕਾਬੂ ਪਾਇਆ ਜਾਵੇ ਅਤੇ ਹੋ ਸਕਦਾ ਪੰਜਾਬ ਸਰਕਾਰ ਦਾ 100 ਕਰੋੜ ਦੇ ਕਰੀਬ ਪੈਸਾ ਬਚ ਜਾਏ। ਹੁਣ ਜਿਹੜੀ ਇਹ ਖਬਰ ਹੈ ਇਹ ਪਿਛਲੇ ਮਹੀਨੇ ਅਗਸਤ ਮਹੀਨੇ ਆਪਣੇ ਸਾਹਮਣੇ ਸਭ ਤੋਂ ਪਹਿਲਾਂ ਆਉਂਦੀ ਹੈ ਜਦੋਂ ਹਾਈ ਕੋਰਟ ਦੇ ਵਿੱਚ ਇੱਕ PIL ਪਾਈ ਜਾਂਦੀ ਹੈ, ਜਨਹਿਤ ਦੇ ਵਿੱਚ ਇੱਕ ਪਟੀਸ਼ਨ ਪਾਈ ਜਾਂਦੀ ਹੈ ਜਿਹਦੇ ਵਿੱਚ ਤਰਨ ਤਾਰਨ ਪੱਟੀ ਏਰੀਏ ਦੇ ਵਿੱਚ 300 ਦੇ ਕਰੀਬ ਮੋਟਰਾਂ ਦੀ ਗੱਲ ਉੱਠਦੀ ਹੈ ਅਤੇ ਉਹੀ ਮੋਟਰਾਂ ਦਾ ਮਸਲਾ ਹਾਈ ਕੋਰਟ ਦੀ ਫਰਦਰ ਔਨ ਜਦੋਂ ਟੇਕ ਅਪ ਹੁੰਦਾ ਹੈ ਅਤੇ ਅੱਜ ਪੰਜਾਬ ਸਰਕਾਰ ਉਹਦੇ 'ਤੇ ਇੱਕ ਆਪਣੀ ਰਿਪੋਰਟ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਇੱਕ ਤਰ੍ਹਾਂ ਦੀ ਸਾਡੇ ਸਾਹਮਣੇ ਆ ਰਹੀ ਆ, ਉਹ ਮੋਟਰਾਂ ਜਿਹੜੀਆਂ ਇੱਕ PIL ਦੇ ਰੂਪ ਦੇ ਵਿੱਚ ਹਾਈ ਕੋਰਟ 'ਚ ਜਾਂਦੀਆਂ ਨੇ। ਬਹੁਤ ਵੱਡੀ ਗੱਲ ਹੈ, ਫਿਰ ਤੋਂ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਹੈ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਐਕਟਿਵ ਮੋਡ ਦੇ ਵਿੱਚ ਆਉਂਦੀ ਹੈ। ਅੱਜ ਮੇਰੇ ਨਾਲ ਜਿਹੜੇ ਮਹਿਮਾਨ ਨੇ, ਜਿਹੜੀ ਇੰਟਰਵਿਊ ਤੁਹਾਡੇ ਅੱਗੇ ਲੈ ਕੇ ਆ ਰਿਹਾ, ਮੇਰੇ ਨਾਲ ਮਹਿਮਾਨ ਨੇ ਐਡਵੋਕੇਟ ਗੁਰਨੂਰ ਸਿੰਘ ਸੰਧੂ। ਗੁਰਨੂਰ ਸਿੰਘ ਸੰਧੂ ਯੰਗ ਐਡਵੋਕੇਟ ਨੇ ਜਿਹੜੇ ਆਪਣੇ ਇਸ ਕੇਸ ਨੂੰ, ਜਿਹੜੀ PIL ਹੈ ਪੱਟੀ ਏਰੀਏ ਦੇ ਨਾਲ ਜੁੜੀ 300 ਮੋਟਰਾਂ ਦੀ, ਜਿਹੜੀਆਂ ਅਨਮੀਟਰਡ 24 ਘੰਟੇ ਦੀ ਫੀਡਰ ਸਪਲਾਈ ਦੇ ਉੱਤੇ ਨਜਾਇਜ਼ ਤੌਰ 'ਤੇ ਚੱਲ ਰਹੀਆਂ ਨੇ, ਉਸ ਕੇਸ ਦੇ ਵਿੱਚ ਐਡਵੋਕੇਟ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਵਾ ਰਹੇ ਹਾਂ ਅਤੇ ਇਸ ਮਸਲੇ 'ਤੇ ਪੂਰੀ ਅੱਗੇ ਗੱਲਬਾਤ ਨੂੰ ਤੋਰਦੇ ਹਾਂ। ਸਰ, ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ। ਇਟਸ ਅ ਪਲੇਜ਼ਰ ਮਨਵੀਰ ਜੀ, ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਹੇਅਰ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਕਿਹਾ ਜੀ, ਵਿਦਆਊਟ ਵੇਸਟਿੰਗ ਹਾਂਜੀ ਤੁਸੀਂ ਵਿਦਆਊਟ ਵੇਸਟਿੰਗ ਐਨੀ ਟਾਈਮ ਅਸੀਂ
ਮੁੱਦੇ ਤੇ ਆਨੇ ਜੀ, ਪਹਿਲਾਂ ਤੁਸੀਂ ਇੱਕ ਪ੍ਰੀਲਿਮਿਨਰੀ ਜਿਹੜੀ ਤੁਹਾਡੀ ਵੱਡੀ ਇੰਟਰੋਡਕਸ਼ਨ ਮੈਂ ਦਿੱਤੀ ਹੈਗੀ ਆ, ਸੋ ਇਹਦੇ ਵਿੱਚੋਂ ਇਹ ਜ਼ਰੂਰੀ ਸੀਗਾ ਕਿਉਂਕਿ ਜਿਹੜੀ PIL ਤੁਸੀਂ ਚੱਕੀ ਹੈਗੀ ਆ ਇਹ ਅਗਸਤ ਮਹੀਨੇ ਦੀ ਖਬਰ ਹੈ, ਜਦੋਂ ਜੀ ਤੁਹਾਡੀ PIL ਦੇ ਵਿੱਚ ਕੇਵਲ 300 ਮੋਟਰਾਂ ਤਰਨ ਤਾਰਨ ਪੱਟੀ ਏਰੀਏ ਦੀਆਂ ਨੇ ਜਿਹੜੀਆਂ ਅਨਮੀਟਰਡ 24 ਘੰਟੇ ਦੀ ਸਪਲਾਈ ਦੇ ਵਿੱਚੋਂ ਨਜਾਇਜ਼ ਤੌਰ ਤੇ ਚੱਲ ਰਹੀਆਂ ਨੇ। ਅੱਜ ਜੀ ਮਹੀਨਾ ਬੀਤ ਚੁੱਕਾ ਹੈ ਤੇ ਪੰਜਾਬ ਸਰਕਾਰ ਨੇ ਇੱਕ ਰਿਪੋਰਟ ਮੀਡੀਆ 'ਚ ਆਪਣੀ ਕੱਢੀ ਹੈ ਜਿਹਦੇ ਵਿੱਚ ਇਹਨਾਂ ਮੋਟਰਾਂ ਦੀ ਗਿਣਤੀ ਉਹ 9,000 ਦੇ ਰਹੇ ਨੇ। ਕੀ ਸੋਚਾਂ ਮੈਂ ਐਜ਼ ਏ ਮੀਡੀਆ ਪਰਸਨ ਕਿ ਕੋਰਟ ਦੇ ਵਿੱਚ ਇਹ PIL ਗਈ ਹੈ ਤੇ ਤੁਹਾਡੇ ਵਰਗੇ ਵਕੀਲ ਇਹਦੇ ਵਿੱਚ ਸ਼ਾਮਿਲ ਨੇ ਜਿਹੜੀ ਐਡਵੋਕੇਸੀ ਦੇ ਰਹੇ ਨੇ, ਕੀ ਇਸ ਕਰਕੇ ਪੰਜਾਬ ਸਰਕਾਰ ਨੇ ਹਲਚਲ ਕੀਤੀ ਹੈ ਕਿ ਕੀ ਕਾਰਨ ਹੈ? ਜੀ ਇਹਦੇ ਵਿੱਚ ਮੈਂ ਥੋੜਾ ਜਿਹਾ ਫੈਕਚੁਅਲੀ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ। ਜਿਵੇਂ ਤੁਸੀਂ ਦੱਸਿਆ ਕਿ 300 ਮੋਟਰਾਂ ਜਿਹੜੀਆਂ ਸਬ ਡਿਵੀਜ਼ਨ ਪੱਟੀ ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ 24 ਘੰਟੇ ਫ੍ਰੀ ਬਿਜਲੀ ਮਿਲ ਰਹੀ ਹੈ ਐਗਰੀਕਲਚਰਲ ਮੋਟਰਾਂ ਨੂੰ ਬਿਨਾਂ ਕਿਸੇ ਬਿੱਲ ਤੋਂ ਬਿਨਾਂ ਕਿਸੇ ਮੀਟਰ ਤੋਂ। ਬਟ ਜਿਹੜੀ ਸਾਡੀ PIL ਫਾਈਲ ਹੋਈ ਹੈ ਉਸ PIL ਦੇ ਵਿੱਚ ਜਿਹੜੀ ਸਾਡੀ ਕੋਰਟ ਤੋਂ ਪ੍ਰੇਅਰ ਹੈ, ਜਿਹੜੀ ਸਾਡੀ ਉਹਦੇ ਵਿੱਚ ਦਰਖਾਸਤ ਹੈ ਕੋਰਟ ਤੋਂ, ਉਹ ਇਹ ਹੈ ਕਿ ਬਿਕੋਜ਼ ਸਾਡੇ ਕੋਲ ਰਿਕਾਰਡ ਸਿਰਫ ਪੱਟੀ ਦਾ ਮਿਲ ਪਾਇਆ ਕਿਉਂਕਿ ਜਿਹੜੇ ਪਟੀਸ਼ਨਰ ਨੇ ਉਹ ਉੱਥੋਂ ਦੇ ਰਹਿਣ ਵਾਲੇ ਨੇ, ਬਟ ਪਟੀਸ਼ਨਰ ਹਿਮਸੈਲਫ ਅਤੇ ਅਸੀਂ ਵੀ ਵੀਵਰ ਅਵੇਅਰ ਕਿ ਇਹ ਪੂਰੇ ਪੰਜਾਬ ਦੇ ਵਿੱਚ ਹੀ ਇਹ ਜਿਹੜੀ ਫ੍ਰੀ 24 ਆਵਰ ਫ੍ਰੀ ਬਿਜਲੀ ਐਗਰੀਕਲਚਰ ਟ੍ਰਿਬਿਊਨਲਸ ਨੂੰ ਦਿੱਤੀ ਜਾ ਰਹੀ ਹੈ, ਇਹ ਪੂਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ। ਸੋ ਲੱਕੀਲੀ ਅਸੀਂ ਉਹ ਪ੍ਰੇਅਰ ਕੀਤੀ ਸੀ ਕੋਰਟ ਦੇ ਵਿੱਚ ਕਿ ਇਹ ਸਟੇਟਸ ਰਿਪੋਰਟ ਮੰਗਾਈ ਜਾਵੇ ਅਤੇ ਇਹ ਜਿਹੜੀਆਂ 24 ਘੰਟੇ ਫ੍ਰੀ ਮੋਟਰਾਂ ਚੱਲ ਰਹੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ, ਨੋਟ ਓਨਲੀ ਇਨ ਤਰਨ ਤਾਰਨ ਪੱਟੀ ਬਟ ਆਲਸੋ ਆਲ ਅਕ੍ਰੋਸ। ਸੋ ਪਹਿਲੀ ਗੱਲ ਤੇ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਸਾਂਝੀ ਕੀਤੀ ਕਿ ਤੁਹਾਡੀ PIL ਦੇ ਵਿੱਚ ਤੁਸੀਂ ਇਹ ਰਿਕੁਐਸਟ ਕੀਤੀ ਸੀ ਕੋਰਟ ਨੂੰ ਕਿ ਬਾਕੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਨਜਾਇਜ਼ ਮੋਟਰਾਂ ਨੇ ਉਹਨਾਂ ਦਾ ਡਾਟਾ ਮੰਗਵਾਇਆ ਜਾਵੇ। ਸੋ ਤੁਹਾਨੂੰ ਇਹ ਕੋਰਟ ਨੇ ਕਦੋਂ ਹਾਈ ਪੰਜਾਬ ਕੀ ਪੰਜਾਬ ਸਰਕਾਰ ਨੂੰ ਹੁਕਮ ਕਰ ਦਿੱਤੇ ਸੀ ਹਾਈ ਕੋਰਟ ਨੇ ਕਿ ਇਹ ਡਾਟਾ ਪੇਸ਼ ਕੀਤਾ ਜਾਵੇ? ਨਹੀਂ ਜੀ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਆਰਡਰ ਨਹੀਂ ਹੋਇਆ। ਇਹ ਮੈਟਰ 6 ਅਗਸਤ ਨੂੰ ਲੱਗਿਆ ਸੀ ਜੀ, ਅਤੇ ਉਸ ਡੇਟ ਨੂੰ ਕੋਰਟ ਨੇ ਸਾਡੀ ਆਰਗੂਮੈਂਟ ਸੁਣ ਕੇ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਅਤੇ PSPCL ਨੂੰ ਨੋਟਿਸ ਇਸ਼ੂ ਕੀਤਾ ਸੀ, ਅਤੇ ਹੁਣ ਇਹ ਮੈਟਰ 30th September ਨੂੰ ਦੁਬਾਰਾ ਕੋਰਟ ਦੇ ਅੱਗੇ ਲੱਗੇਗਾ, ਅਤੇ ਉਦੋਂ ਜੋ ਵੀ ਬਿਕੋਜ਼ ਅੱਜ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਮੱਦੇਨਜ਼ਰ ਰੱਖਦੇ ਹੋਏ ਵੀ ਲੈਟਸ ਸੀ ਕਿ ਸਟੇਟ ਕੀ ਜਵਾਬ ਦਿੰਦੀ ਹੈ। ਸੋ ਇਹਦੇ ਵਿੱਚ ਜਿਹੜਾ ਸਾਡਾ ਮੇਨ, ਜਿਵੇਂ ਮੈਂ ਦੱਸਿਆ ਕਿ ਸਾਡੀ ਪ੍ਰੇਅਰ ਇਕੱਲੀ ਪੱਟੀ ਨਾਲ ਸੀਮਿਤ ਨਹੀਂ ਸੀ, ਪੂਰੇ ਪੰਜਾਬ ਦੇ ਵਿੱਚ ਸੀਗੀ, ਬਿਕੋਜ਼ ਇਹ ਜਿਹੜਾ ਇਹ ਪ੍ਰੋਬਲਮ ਹੈ ਇਹ ਪੂਰੇ ਪੰਜਾਬ ਦੇ ਵਿੱਚ ਪ੍ਰੈਵਲੈਂਟ ਹੈ, ਬਟ ਰਿਕਾਰਡ ਸਾਡੇ ਕੋਲ ਸਿਰਫ ਪੱਟੀ ਦਾ ਸੀਗਾ। ਇਨਫੈਕਟ ਮੈਂ ਇੱਥੇ ਕਿਉਂਕਿ ਅਸੀਂ ਉਹ ਗੱਲ ਕਰ ਰਹੇ ਹਾਂ ਜਿਹੜੇ ਇਹਦੇ ਵਿੱਚ ਪਟੀਸ਼ਨਰ ਨੇ, ਇਹਨਾਂ ਨੇ PSPCL ਪੱਟੀ ਦੇ ਆਫਿਸ ਦੇ ਵਿੱਚ ਇੱਕ RTI ਫਾਈਲ ਕੀਤੀ ਸੀਗੀ April 2024 ਦੇ ਵਿੱਚ। ਉਸ RTI ਦੇ ਵਿੱਚ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਇਕੱਲੇ ਪੱਟੀ ਦੇ ਵਿੱਚ 300 ਐਸੀਆਂ ਐਗਰੀਕਲਚਰ ਮੋਟਰਸ ਨੇ ਜਿਹੜੀਆਂ 24 ਘੰਟੇ ਫ੍ਰੀ ਬਿਜਲੀ ਲੈ ਰਹੀਆਂ ਔਰ ਬਿਨਾਂ ਕਿਸੇ ਮੀਟਰ ਤੋਂ ਚੱਲ ਰਹੀਆਂ। ਹੁਣ ਉਹਦੇ ਵਿੱਚ ਬੜਾ ਇੱਕ ਇੰਟਰਸਟਿੰਗ, ਇਹ RTI ਕੋਰਟ ਦੇ ਰਿਕਾਰਡ 'ਤੇ ਹੈ, ਉਹਦੇ ਵਿੱਚ ਇੱਕ ਬੜਾ ਇੰਟਰਸਟਿੰਗ ਪੁਆਇੰਟ ਹੋਰ PSPCL ਦੇ ਆਫਿਸ ਨੇ ਦੱਸਿਆ ਕਿ ਅਸੀਂ ਇਹ ਮੋਟਰਾਂ ਉਤਾਰਨ ਦੀ ਕੋਸ਼ਿਸ਼ ਕਈ ਵਾਰੀ ਕੀਤੀ ਵੀ ਹੈ ਬਟ ਅਸੀਂ ਉਹਦੇ ਵਿੱਚ ਨਾ ਸਫਲ ਹੋਏ ਹਾਂ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਸੋ ਇਸ ਕਰਕੇ ਇਹ ਮੈਟਰ ਸਾਡੇ ਕੰਸਿਡਰੇਸ਼ਨ 'ਚ ਹੈਗਾ ਬਟ ਅਸੀਂ ਉਹਨੂੰ ਐਕਟ ਅਪੋਨ ਨਹੀਂ ਕਰ ਪਾਏ। ਸੋ ਇਸੇ ਨੂੰ ਬੇਸ ਬਣਾ ਕੇ ਅਸੀਂ ਪ੍ਰਾਈਮਰੀਲੀ ਕੋਰਟ ਕੋਲ ਗਏ, ਅਸੀਂ PIL ਫਾਈਲ ਕੀਤੀ ਕਿ ਪੱਟੀ ਦੇ ਵਿੱਚ ਤੇ 300 ਨੇ, ਪੂਰੇ ਪੰਜਾਬ ਦੇ ਵਿੱਚ ਅਗਰ ਇਸ 'ਤੇ ਸਟੇਟਸ ਰਿਪੋਰਟ ਮੰਗਾਈ ਜਾਏਗੀ ਤਾਂ ਪੰਜਾਬ ਦੇ ਵਿੱਚ ਵੀ ਇਹ ਇਸ਼ੂ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ। ਬਟ ਲੱਕੀਲੀ ਜਿਹੜੀ ਅੱਜ ਦੀ ਟ੍ਰਿਬਿਊਨ ਦੇ ਵਿੱਚ ਰਿਪੋਰਟ ਆਈ ਹੈ
ਉਹਦੇ ਵਿੱਚ ਇਹਨਾਂ ਨੇ ਕਲੀਅਰਲੀ ਲਿਖਿਆ ਹੋਇਆ ਕਿ 9000 ਐਸੀਆਂ ਐਗਰੀਕਲਚਰ ਟਿਊਬਵੈਲਸ ਪੂਰੇ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੂੰ 24 ਆਵਰਸ ਫ੍ਰੀ ਬਿਜਲੀ ਮਿਲ ਰਹੀ ਹੈ ਜੀ। ਸੋ ਹੁਣ ਇਸ਼ੂ ਕੀ ਹੈ ਤੁਹਾਡੀ, ਮੈਂ ਇੱਕ ਛੋਟਾ ਜਿਹਾ ਵਿੱਚ ਲਿਆ ਵਾਂ, ਮੇਰਾ ਐਨਾਲਿਸਿਸ ਇਹ ਹੈ ਤੁਹਾਡੀ ਗੱਲਬਾਤ ਤੋਂ ਕੀ ਸਰਕਾਰ ਤੁਹਾਡੀ ਪਟੀਸ਼ਨ ਦਾ ਜਿਹੜੀ 30 ਸਪਟੈਂਬਰ ਨੂੰ, ਅਗਰ ਮੈਂ ਗਲਤ ਨਹੀਂ ਹੈ, ਜਿਹੜੀ ਸੁਣਵਾਈ ਹੋਣੀ ਹੈ ਉਹਦੀ ਤਿਆਰੀ ਕਰ ਰਹੀ ਹੈ? ਤੇ ਉਹੀ ਖਬਰਾਂ ਮੀਡੀਆ ਦੇ ਵਿੱਚ ਇੱਕ ਵਾਰ ਇਦਾਂ ਆ ਜਾਂਦੀਆਂ ਜੀ ਬਾਹਰ, ਸਾਨੂੰ ਪਤਾ ਹੈ ਲੀਕ ਜਿਹਾ ਹੋ ਜਾਂਦੀਆਂ ਨੇ ਗੱਲਾਂ, ਕੀ ਉਹਦੀ ਤਿਆਰੀ ਚੱਲ ਰਹੀ ਹੈ? ਨਹੀਂ ਇਹਦੇ ਬਾਰੇ ਤਾਂ ਜੀ ਮੈਂ ਪ੍ਰੀਸਾਈਸਲੀ ਕੁਝ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਤੇ ਕੋਈ ਫਾਰਮਲ ਰਿਪਲਾਈ ਹਜੇ ਸਰਕਾਰ ਵੱਲੋਂ ਇਸ ਪਟੀਸ਼ਨ ਦੇ ਵਿੱਚ ਨਹੀਂ ਮਿਲਿਆ। ਹਾਲਾਂਕਿ ਨੋਟਿਸ ਉਹਨਾਂ ਨੂੰ ਇਸ਼ੂ ਹੋਇਆ, ਸੋ ਉਹਨਾਂ ਨੂੰ ਰਿਪਲਾਈ ਫਾਈਲ ਕਰਨਾ ਇਹਦੇ ਵਿੱਚ, ਤੇ ਮੈਨੂੰ ਫਾਰਮਲੀ ਕੋਈ ਪਟੀਸ਼ਨ ਕੀ ਮੰਗ ਕਰਦੀ ਹੈ? ਤੁਹਾਡੀ ਪਟੀਸ਼ਨ ਕੀ ਮੰਗ ਕਰਦੀ ਹੈ ਕਿ ਇਹ ਮੋਟਰਾਂ ਬੰਦ ਕਰਵਾਈਆਂ ਜਾਣ? ਜੀ ਮੇਰੀ ਪਟੀਸ਼ਨ ਦੇ ਵਿੱਚ ਬੜੀ ਇੱਕ ਸਪੈਸੀਫਿਕ ਪ੍ਰੇਅਰ ਹੈ, ਸਪੈਸੀਫਿਕ ਮੰਗ ਹੈ ਜੀ ਕਿ ਇਹ ਮੋਟਰਾਂ ਨੂੰ ਬੰਦ, 24 ਘੰਟੇ ਬਿਜਲੀ ਜਿਹੜੀ ਮਿਲ ਰਹੀ ਹੈ ਉਹ ਬੰਦ ਕੀਤੀ ਜਾਵੇ, ਤੇ ਜਿਹੜੀ ਪੰਜਾਬ ਸਰਕਾਰ ਦੀ 8 ਘੰਟੇ ਫ੍ਰੀ ਦੇਣ ਦੀ ਪਾਲਿਸੀ ਹੈ ਉਹਦੇ ਅਕੋਰਡਿੰਗਲੀ 8 ਘੰਟੇ ਦਿੱਤਾ ਜਾਵੇ। ਜਿਵੇਂ ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਝੋਨੇ ਦਾ ਸੀਜ਼ਨ ਹੁੰਦਾ, ਪੈਡੀ ਸੀਜ਼ਨ ਹੁੰਦਾ, ਜਦੋਂ ਪੈਡੀ ਸੀਜ਼ਨ ਦੇ ਵਿੱਚ PSPCL ਦੀ ਇੱਕ ਪਾਲਿਸੀ ਹੈ ਕਿ ਉਹ ਸਾਡੇ ਕਿਸਾਨ ਭਰਾਵਾਂ ਨੂੰ ਵੈਲਫੇਅਰ, ਐਜ਼ ਅ ਵੈਲਫੇਅਰ ਮੈਜਰ, ਉਹਨਾਂ ਦਾ ਇਕਨੋਮਿਕ ਵੈਲਫੇਅਰ ਦੇਖਦੇ ਹੋਏ 8 ਘੰਟੇ ਫ੍ਰੀ ਬਿਜਲੀ ਦਿੰਦੇ ਪੈਡੀ ਸੀਜ਼ਨ ਦੇ ਵਿੱਚ। ਸੋ ਮੇਰੀ ਜਿਹੜੀ ਸਾਡਾ ਜਿਹੜਾ ਕੇਸ ਹੈ ਉਹਦੇ ਵਿੱਚ ਅਸੀਂ ਪ੍ਰੇਅਰ ਕਰ ਰਹੇ ਹਾਂ ਕਿ 24 ਘੰਟੇ ਜਿਹੜੀ ਤੁਸੀਂ ਬਿਜਲੀ ਦੇ ਰਹੇ ਹੋ ਉਹਦੇ 'ਤੇ ਕੋਈ ਪਾਲਿਸੀ ਵੀ ਨਹੀਂ ਹੈਗੀ। ਦੇਰ ਇਜ਼ ਨੋ ਪਾਲਿਸੀ ਆਫ ਗਿਵਿੰਗ 24 ਆਵਰਸ ਆਫ ਫ੍ਰੀ ਇਲੈਕਟ੍ਰੀਸਿਟੀ ਟੂ ਐਗਰੀਕਲਚਰ ਟਿਊਬਵੈਲਸ। ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ 8 ਘੰਟੇ ਦੀ ਹੈ, ਤੁਸੀਂ ਕਾਇੰਡਲੀ 8 ਘੰਟੇ ਦਿਓ, 8 ਘੰਟੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹ ਸਾਡੀ ਇੱਕ ਜਿਹੜੀ ਪ੍ਰਸਾਈਸ ਜਿਹੜੀ ਹੈ ਉਹ ਪ੍ਰੇਅਰ ਉਹਦੇ ਵਿੱਚ ਹੈਗੀ ਹੈ। ਪਾਣੀ ਦਾ ਵੀ ਬਹੁਤ ਵੱਡੀ ਪ੍ਰੋਬਲਮ ਹੈ, ਜਿਹੜੀ ਮੈਂ ਤੁਹਾਡੀ ਰਿਪੋਰਟ ਪੜ੍ਹ ਰਹੀ ਸੀ ਉਹਦੇ ਵਿੱਚ ਇਹ ਸਪੈਸੀਫਿਕਲੀ ਮੈਂਸ਼ਨ ਸੀਗਾ ਕਿ ਜੀ ਖਾਸ ਤੌਰ 'ਤੇ ਪੱਟੀ ਏਰੀਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਨਿਰਧਾਰਿਤ ਸੀਮਾ ਤੋਂ ਕਿਤੇ ਹੇਠਾਂ ਜਾ ਚੁੱਕਾ ਹੈ, ਖਤਰੇ ਦੇ ਨਿਸ਼ਾਨ ਤੋਂ ਵੀ ਹੇਠਾਂ ਜਾ ਚੁੱਕਾ ਹੈਗਾ। ਜੀ ਜੀ ਹਾਂਜੀ, ਇਹਦੇ ਵਿੱਚ ਮੈਮ ਇਹਦੇ ਵਿੱਚ ਬੇਸਿਕਲੀ ਜਿਹੜਾ ਐਕਚੁਅਲੀ ਸਾਡੇ ਕੇਸ ਦੇ ਵਿੱਚ ਇਸ਼ੂਜ਼ ਹੀ ਦੋ ਨੇ। ਇੱਕ ਤਾਂ ਹੈਗਾ ਜਿਹੜਾ ਅਸੀਂ ਫ੍ਰੀ ਇਲੈਕਟ੍ਰੀਸਿਟੀ ਦੇ ਕੇ ਉਹਦਾ ਫਾਈਨੈਂਸ਼ੀਅਲ ਬਰਡਨ ਆਪਣੇ ਆਪ ਤੇ ਸਟੇਟ ਲੈ ਰਹੀ ਹੈ ਵਿਦਆਊਟ ਐਨੀ ਪਾਲਿਸੀ, ਵਿਦਆਊਟ ਐਨੀ ਰਾਈਮ ਔਰ ਰੀਜ਼ਨ। ਪਹਿਲਾ ਤਾਂ ਹੈਗਾ ਫਾਈਨੈਂਸ਼ੀਅਲ ਐਂਗਲ, ਦੂਸਰਾ ਜਿਹੜਾ ਹੈਗਾ ਉਹ ਅੰਡਰਗਰਾਊਂਡ ਵਾਟਰ ਦਾ ਇਸ਼ੂ ਹੈ। ਹੁਣ ਇਹ ਤਾਂ ਮਤਲਬ ਇਹ ਕੋਈ ਹਿਡਨ ਚੀਜ਼ ਨਹੀਂ ਹੈ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਫ੍ਰੀ ਦਿਓਗੇ ਉਹਦਾ ਕੋਈ ਰੈਗੂਲੇਟਰੀ ਨਹੀਂ, ਰੈਗੂਲੇਸ਼ਨ ਨਹੀਂ ਹੈਗੀ, ਉਹਦਾ ਕੋਈ ਕਾਊਂਟ ਨਹੀਂ ਹੈਗਾ, ਉਹ ਮਿਸਯੂਜ਼ ਹੋਏਗੀ, ਫ੍ਰੀ ਦੀ ਚੀਜ਼ ਮਿਸਯੂਜ਼ ਹੁੰਦੀ ਹੀ ਹੁੰਦੀ ਹੈ। ਹੁਣ ਜਿਵੇਂ ਅਸੀਂ 8 ਘੰਟੇ ਫ੍ਰੀ ਦੇ ਰਹੇ ਹਾਂ ਉਹ ਚਲੋ ਇੱਕ ਬੈਲੈਂਸ ਕ੍ਰੀਏਟ ਕੀਤਾ ਕਿ ਫਾਰਮਰਸ ਦੇ ਵੈਲਫੇਅਰ ਵਾਸਤੇ 8 ਘੰਟੇ ਫ੍ਰੀ ਦੇ ਦਿਓ, ਬਟ ਜਦੋਂ ਅਸੀਂ 24 ਆਵਰਸ ਫ੍ਰੀ ਦੇ ਰਹੇ ਹਾਂ ਇਹਦੀਆਂ, ਅਸੀਂ ਆਪਣੀ PIL ਦੇ ਵਿੱਚ ਕਈ ਸਟੱਡੀਜ਼ ਰਿਲਾਈ ਅਪੋਨ ਕੀਤੀਆਂ, ਕੁਛ ਸਟੱਡੀਜ਼ ਤਾਂ ਮੈਂ ਅੱਗੇ ਡਿਸਕਸ ਕਰਾਂਗਾ, ਕੁਛ ਸਟੱਡੀਜ਼ ਤਾਂ ਸਟੈਚੂਟਰੀ ਬੋਰਡਸ ਦੀਆਂ ਨੇ, ਜਿਵੇਂ ਕਿ ਸਾਡਾ ਇੱਕ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਦੇ ਅੰਦਰ ਗਰਾਊਂਡ ਵਾਟਰ ਕੰਜ਼ਰਵੇਸ਼ਨ ਬੋਰਡ ਫਾਰਮੂਲੇਟ ਹੋਇਆ, ਉਹ ਸਟੱਡੀ ਕਰਦਾ, ਉਹਦਾ ਪਰਪਸ ਹੀ ਇਹ ਹੈ ਕਿ ਪੂਰੇ ਇੰਡੀਆ ਦੇ ਵਿੱਚ ਸਟੇਟਸ ਦੇ ਵਿੱਚ ਸਟੱਡੀ ਕਰਦਾ ਕਿ ਗਰਾਊਂਡ ਵਾਟਰ ਦਾ ਲੈਵਲ ਕੀ ਹੈ, ਕਿੰਨੀ ਐਕਸਪਲੋਇਟੇਸ਼ਨ ਹੈ, ਐਂਡ ਪੰਜਾਬ ਐਜ਼ ਪਰ ਸਟੱਡੀ ਇਜ਼ ਨੰਬਰ 1 ਇਨ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਸਾਰੀਆਂ ਸਟੇਟਸ ਦੇ ਵਿੱਚ। ਸੋ ਜਿਹੜੀ ਸਾਡੀ PIL ਦੇ ਵਿੱਚ ਅਸੀਂ ਤਾਂ ਹੀ ਦੋ ਇਸ਼ੂਜ਼ ਲਏ ਵੀ ਇੱਕ ਤਾਂ ਜਿਹੜਾ ਫ੍ਰੀ ਦੇਣ ਕਰਕੇ ਤੁਸੀਂ ਗਰਾਊਂਡ ਵਾਟਰ ਖਤਮ ਕਰ ਰਹੇ ਹੋ ਪੰਜਾਬ ਦੇ ਵਿੱਚ ਜੋ ਕਿ ਆਲਰੇਡੀ ਓਵਰ ਐਕਸਪਲੋਇਟਡ ਹੈ, ਦੂਸਰਾ ਪੰਜਾਬ ਇਜ਼ ਅੰਡਰ ਫਾਈਨੈਂਸ਼ੀਅਲ ਕ੍ਰੰਚ ਬਿਕੋਜ਼ ਆਫ ਸਬਸਿਡੀਜ਼ ਐਂਡ ਫ੍ਰੀਬੀਜ਼, ਤੇ ਇਹ ਜਿਹੜੀ ਅਸੀਂ 24 ਆਵਰ ਫ੍ਰੀ ਬਿਜਲੀ ਦੇ ਰਹੇ ਹਾਂ ਮੋਟਰਾਂ ਨੂੰ ਇਹਦੇ ਨਾਲ ਤਾਂ ਪ੍ਰੋਬਲਮ ਐਡ ਹੀ ਹੋਏਗੀ, ਘੱਟ ਨਹੀਂ ਹੋਏਗੀ। ਸੋ ਇਹ ਸਾਡੇ ਦੋ ਇਸ਼ੂਜ਼ ਜਿਹੜੇ ਨੇ ਅਸੀਂ ਉਹਦੇ ਵਿੱਚ ਟੇਕਅਪ ਕਰ ਰਹੇ ਹਾਂ ਜੀ। ਗੁਰਨੂਰ ਜੀ
ਮੈਂ ਕਾਨੂੰਨ ਦੇ ਤੁਹਾਡਾ ਕਾਨੂੰਨ ਕੀ ਕਹਿੰਦਾ ਹੈਗਾ, ਉਹਦੇ ਵਿੱਚ ਕੀ ਡਿਫਾਈਂਡ ਹੈਗਾ, ਜਿਹੜੇ ਲੋਕ ਇਸ ਤਰ੍ਹਾਂ ਨਜਾਇਜ਼ ਮੋਟਰ ਚਲਾਉਣੀ ਹੈਗੀ ਆ, ਜਿਹੜੀ ਬਣਿਆ ਹੋਇਆ ਕਾਨੂੰਨ ਹੈ ਐਂਡ ਉਹਦੀ ਵਿਵਸਥਾ ਹੈਗੀ ਆ ਉਹਨੂੰ ਜਿਹੜੇ ਫੋਲੋ ਨਹੀਂ ਕਰਦੇ, ਕੀ ਉਹਨਾਂ ਦੇ ਉੱਤੇ ਕੱਲ ਨੂੰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ, ਜੁਰਮਾਨੇ ਹੋ ਸਕਦੇ ਨੇ, ਸਜ਼ਾ ਹੋ ਸਕਦੀ? ਬਿਲਕੁਲ ਬਿਲਕੁਲ, ਇਹਦੇ ਵਿੱਚ ਜੀ ਜਿਹੜਾ ਕਾਨੂੰਨ ਹੈ ਨਾ ਜੀ, ਅਸੀਂ ਇਹਦੇ ਵਿੱਚ ਮੈਂ ਦੋ, ਕਿਉਂਕਿ ਤੁਸੀਂ ਕਾਨੂੰਨ ਦੀ ਗੱਲ ਕਰ ਰਹੇ ਹੋ, ਸੋ ਸਾਡੇ ਵਿਊਅਰਸ ਵਾਸਤੇ ਜਿਹੜੇ ਲੇਮੈਨ ਨੇ ਜਿਹਨਾਂ ਨੂੰ ਕਾਨੂੰਨ ਦਾ ਜਾਂ ਲਾਅ ਦਾ ਨਹੀਂ ਪਤਾ, ਮੈਂ ਕੁਛ ਪ੍ਰੋਵੀਜ਼ਨਸ ਬ੍ਰੌਡਲੀ ਦੱਸਾਂਗਾ ਕਿ ਜਿਹਦੇ ਅੰਦਰ ਇਹ ਸਾਰਾ ਕੁਛ ਰੈਗੂਲੇਟ ਹੁੰਦਾ। ਸੋ ਪਹਿਲਾਂ ਤਾਂ ਜੀ ਅਸੀਂ ਬ੍ਰੌਡਲੀ ਸਮਝਦੇ ਹਾਂ ਕਿ ਜਿਹੜਾ ਇੱਕ ਪਾਣੀ ਦਾ ਸਬਜੈਕਟ, ਜਿਵੇਂ ਕੋਨਸਟੀਟਿਊਸ਼ਨ ਦੇ ਵਿੱਚ ਸਾਡੇ ਤਿੰਨ ਲਿਸਟਸ ਨੇ, ਉਹਦੇ ਵਿੱਚ ਜਿਹੜੀ ਸਟੇਟ, ਉਹਦੇ ਸਟੇਟ ਲਿਸਟ ਹੈ ਲਿਸਟ 2 ਜਿਹੜੀ ਹੈਗੀ ਹੈ ਸ਼ਡਿਊਲ 6 ਦੇ ਵਿੱਚ, ਪਾਣੀ ਸਪੈਸੀਫਿਕਲੀ ਸਟੇਟ ਦਾ ਸਬਜੈਕਟ ਹੈ, ਉਹਦੇ ਵਿੱਚ ਸੈਂਟਰ ਕੋਈ ਵੀ ਕਾਨੂੰਨ ਨਹੀਂ ਬਣਾਉਂਦਾ। ਸੋ ਉਹ ਸਟੇਟ ਨੇ ਹੀ ਬਣਾਉਣਾ, ਉਹਦੇ ਵਿੱਚ ਐਂਟਰੀ ਨੰਬਰ 17 ਆਫ ਲਿਸਟ 2 ਦੇ ਵਿੱਚ ਕਲੀਅਰਲੀ ਪ੍ਰੋਵਾਈਡਡ ਹੈ ਇਨ ਦੀ ਕੋਨਸਟੀਟਿਊਸ਼ਨ। ਦੂਸਰਾ ਜੀ ਜਿਹੜਾ ਗੱਲ ਬਿਜਲੀ ਦੀ ਆ ਗਈ, ਕਿਉਂਕਿ ਆਪਾਂ ਨਾਲ ਪਾਣੀ ਦੀ ਵੀ ਗੱਲ ਕਰ ਰਹੇ ਹਾਂ, ਬਿਜਲੀ ਦੀ ਵੀ ਕਰ ਰਹੇ ਹਾਂ, ਜਿਹੜਾ ਇਲੈਕਟ੍ਰਿਸਿਟੀ ਐਕਟ ਹੈ ਜੀ, ਉਹਦਾ ਸੈਕਸ਼ਨ 65 ਸਟੇਟ ਗਵਰਨਮੈਂਟ ਨੂੰ ਇੰਪਾਵਰ ਕਰਦਾ ਹੈ ਕਿ ਉਹ ਸਬਸਿਡਾਈਜ਼ਡ ਇਲੈਕਟ੍ਰਿਸਿਟੀ ਦੇ ਸਕਦੇ ਨੇ, ਜਿਵੇਂ ਕਿ ਪੰਜਾਬ ਦੇ ਵਿੱਚ ਦਿੱਤੀ ਜਾ ਰਹੀ ਹੈ ਦੂਸਰੀ ਪ੍ਰੋਵੀਜ਼ਨ। ਹੁਣ ਸਟੇਟ ਗਵਰਨਮੈਂਟ ਨੇ ਸੈਕਸ਼ਨ 65 ਇਲੈਕਟ੍ਰਿਸਿਟੀ ਐਕਟ ਦੀ ਪਾਵਰ ਨੂੰ ਯੂਜ਼ ਕਰਕੇ ਇੱਕ ਪਾਲਿਸੀ ਬਣਾਈ, ਜਿਹੜੀ ਪਾਲਿਸੀ ਦੇ ਵਿੱਚ ਇਹ ਕਲੀਅਰਲੀ ਪ੍ਰੋਵਾਈਡਡ ਹੈ ਕਿ ਅਸੀਂ 8 ਘੰਟੇ ਫ੍ਰੀ ਬਿਜਲੀ ਦੇਵਾਂਗੇ ਪੈਡੀ ਸੀਜ਼ਨ ਦੇ ਵੇਲੇ। ਬਟ ਹੋ ਕੀ ਰਿਹਾ, ਉਹ ਪਾਲਿਸੀ ਦੀ ਵਾਇਲੇਸ਼ਨ ਦੇ ਵਿੱਚ 24 ਘੰਟੇ ਫ੍ਰੀ ਬਿਜਲੀ ਸਿਲੈਕਟਿਡ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਪੋਲੀਟੀਕਲ ਇਨਫਲੂਐਂਸ ਹੈ ਜਾਂ ਜਿਹੜੇ ਸ਼ੋਅ ਆਫ ਸਟਰੈਂਥ ਕਰਕੇ ਉਸ ਚੀਜ਼ ਨੂੰ ਨਹੀਂ ਉਤਾਰਨ ਦਿੰਦੇ। ਸੋ ਬੇਸਿਕਲੀ ਗਵਰਨਮੈਂਟ ਕੋਲ ਪਾਵਰ ਹੈ ਉਸਨੂੰ ਰਿਮੂਵ ਕਰਨ ਦੀ, ਅਤੇ ਇਨਫੈਕਟ ਗਵਰਨਮੈਂਟ ਕੈਨ ਆਲਸੋ ਰਿਕਵਰ ਦੀ ਅਮਾਊਂਟ ਦੈਟ ਦੇ ਯੂਜ਼ਡ ਇਨ ਫਾਰਮ ਆਫ ਦੈਟ ਫ੍ਰੀ ਇਲੈਕਟ੍ਰਿਸਿਟੀ ਇਨ ਵਾਇਲੇਸ਼ਨ ਆਫ ਦੀ ਪੋਲਿਸੀ। ਉਸੇ ਚੀਜ਼ ਨੂੰ ਲੈ ਕੇ ਅਸੀਂ ਕੋਰਟ 'ਚ ਗਏ ਹਾਂ ਕਿ ਇਹਨਾਂ ਨੂੰ ਪਹਿਲੀ ਗੱਲ ਤਾਂ ਰੋਕਿਆ ਜਾਵੇ, ਕਿਉਂਕਿ ਨਹੀਂ ਰੋਕਣਗੀਆਂ ਤਾਂ ਜਿਹੜਾ ਲੋਕਾਂ ਦੇ ਖਿਲਾਫ ਐਕਸ਼ਨ ਹੈ ਸਾਡਾ ਉਹ ਓਬਜੈਕਟਿਵ ਨਹੀਂ ਹੈ, ਉਹ ਗਵਰਨਮੈਂਟ ਦੇਖੇਗੀ, ਉਹਨਾਂ ਨੂੰ ਪਤਾ। ਸਾਡਾ ਓਬਜੈਕਟਿਵ ਹੈਗਾ ਇਨਵਾਇਰਮੈਂਟ ਦਾ ਇੰਟਰਸਟ ਤੇ ਸਟੇਟ ਦਾ ਫਾਈਨੈਂਸ਼ੀਅਲ ਇੰਟਰਸਟ ਜੀ, ਉਹ ਪ੍ਰਾਇਮਰੀ ਓਬਜੈਕਟਿਵ ਹੈਗਾ। ਸੋ ਇਹਦੇ ਵਿੱਚ ਅਗਰ ਪਾਲਿਸੀ ਦੀ ਵਾਇਲੇਸ਼ਨ 'ਚ ਕੋਈ ਵੀ ਚੱਲ ਰਿਹਾ ਹੈ ਜਾਂ ਕੋਈ ਵੀ ਉਹਨੂੰ ਮਿਸਯੂਜ਼ ਕਰ ਰਿਹਾ, ਤਾਂ ਇਲੈਕਟ੍ਰਿਸਿਟੀ ਐਕਟ ਦੀ ਪ੍ਰੋਵੀਜ਼ਨ ਬਹੁਤ ਕਲੀਅਰ ਨੇ, ਉਹਦੇ ਅੰਦਰ ਐਕਸ਼ਨ ਲਿਆ ਜਾ ਸਕਦਾ। ਸੋ ਇਹ ਤਾਂ ਪ੍ਰੋਵੀਜ਼ਨਸ ਹੋ ਗਈਆਂ ਜਿਹੜੀਆਂ ਬ੍ਰੌਡ ਪ੍ਰੋਵੀਜ਼ਨਸ ਨੇ। ਹੁਣ ਇਹਦੇ ਵਿੱਚ ਜਿਹੜੀ ਤੁਸੀਂ ਫੈਕਟਸ ਦੀ ਆਪਾਂ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਇੱਕ ਐਕਟ ਹੈਗਾ ਜਿਹਨੂੰ ਅਸੀਂ ਕਹਿੰਦੇ ਪੰਜਾਬ ਵਾਟਰ ਰਿਸੋਰਸਿਸ ਐਕਟ। ਉਸ ਐਕਟ ਦੇ ਸੈਕਸ਼ਨ 15 ਦੇ ਅਕੋਰਡਿੰਗਲੀ ਪੰਜਾਬ ਗਵਰਨਮੈਂਟ ਨੇ ਪੰਜਾਬ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਕੰਜ਼ਰਵੇਸ਼ਨ ਡਾਇਰੈਕਸ਼ਨਸ 2023 ਬਣਾਈਆਂ। ਹੁਣ ਉਹ ਜਿਹੜੀਆਂ ਡਾਇਰੈਕਸ਼ਨਸ ਨੇ, ਜਿੱਥੋਂ ਅਸੀਂ ਐਕਚੁਅਲੀ ਸਾਡੀ PIL ਦਾ ਸਾਰਾ ਡਾਟਾ ਲਿਆ, ਉਹ ਅਸੀਂ ਪੰਜਾਬ ਸਰਕਾਰ ਦੀ ਆਪਦੀ ਬਣਾਈਆਂ ਡਾਇਰੈਕਸ਼ਨਸ ਤੋਂ, ਜਿਹੜੀਆਂ ਇੱਕ ਐਕਟ ਦੇ ਅੰਦਰ ਬਣੀਆਂ, ਉੱਥੋਂ ਅਸੀਂ ਸਾਰਾ ਡਿਰਾਈਵ ਕੀਤਾ। ਸੋ ਉਹਦੇ ਵਿੱਚ ਪੱਟੀ ਦੀ ਜੇ ਆਪਾਂ ਗੱਲ ਕਰ ਲਈਏ, ਪੱਟੀ ਦੇ ਵਿੱਚ ਜਿਹੜੀ ਗਰਾਊਂਡ ਵਾਟਰ ਐਕਸਪਲੋਇਟੇਸ਼ਨ ਹੈਗੀ ਹੈ ਉਹ 236% ਹੈ। ਹੁਣ ਇਹਨੂੰ ਜੇ ਆਪਾਂ ਆਪਣੇ ਇੱਕ ਨੋਰਮਲ ਵਿਊਅਰ, ਕੋਈ ਜਿਹਨੂੰ ਯੰਗਸਟਰ, ਕੋਈ ਬੱਚਾ ਹੈ ਜੇ ਉਹ ਕੋਈ ਸਮਝਣਾ ਚਾਹੁੰਦਾ, ਉਹਨੂੰ ਆਪਾਂ ਕਿਵੇਂ 236% ਦਾ ਮਤਲਬ ਕੀ ਹੈ ਸੁਣ ਕੇ ਬੰਦਾ ਸ਼ੌਕਡ ਹੋ ਜਾਏਗਾ। 236% ਦਾ ਮਤਲਬ ਇਹ ਹੈ ਸਿੰਪਲ ਕਿ ਅਗਰ ਪੱਟੀ ਦੇ ਵਿੱਚ ਇੱਕ ਸਾਲ 'ਚ 100 ਲੀਟਰ ਪਾਣੀ, ਗਰਾਊਂਡ ਵਾਟਰ ਅਗਰ ਰੀਚਾਰਜ ਹੋ ਰਿਹਾ,
ਤੇ ਅਸੀਂ 236 ਲੀਟਰਸ ਬਾਹਰ ਕੱਢ ਰਹੇ ਹਾਂ, ਜਿਹਦੇ ਨਾਲ ਹਰ ਸਾਲ ਓਨਾ ਹੀ ਜਿਹੜਾ ਰਿਜ਼ਰਵ ਹੈ ਨੇਚਰ ਦਾ, ਗਰਾਊਂਡ ਵਾਟਰ ਦਾ, ਉਹ ਥੱਲੇ ਜਾ ਰਿਹਾ ਜੀ। ਇਹ ਲੋਕ ਸਮਝਦੇ ਨੇ ਇਸ ਗੱਲ ਨੂੰ, ਕਿਉਂਕਿ ਜਿਹੜੇ ਬੋਰ ਨੇ ਬੋਰ ਵੀ ਨੀਚੇ ਜਾ ਰਹੇ ਨੇ, ਬੋਰ ਡੀਪ ਹੋ ਰਹੇ ਜੀ, ਬੋਰ ਡੀਪ ਹੋ ਰਹੇ ਆ, ਐਂਡ ਉਹਦੇ ਕਰਕੇ ਜਦੋਂ ਬੋਰ ਡੀਪ ਹੁੰਦੇ, ਉਹ ਵੀ ਸਾਡੀ PIL ਦੇ ਵਿੱਚ ਅਸੀਂ ਇਹ ਵੀ ਰਿਸਰਚ ਇੱਕ ਰਿਲਾਈ ਅਪਨ ਕੀਤੀ ਹੈ, ਇੱਕ ਰਿਸਰਚ ਪੇਪਰ ਸੀਗਾ, ਇਟ ਵਾਜ਼ ਪਬਲਿਸ਼ਡ ਇਨ ਦੀ ਜਰਨਲ ਆਫ ਡਿਵੈਲਪਮੈਂਟ ਪਾਲਿਸੀ ਐਂਡ ਪ੍ਰੈਕਟਿਸ, ਉਹਦੇ ਵਿੱਚ ਅਸੀਂ ਉਹਦੇ ਵਿੱਚ ਕੰਕਲੂਜਨਸ ਬੇਸਿਕਲੀ ਉਹਨਾਂ ਨੇ 3 ਕੰਕਲੂਜਨਸ ਡਰਾਅ ਆਊਟ ਕੀਤੀਆਂ ਸੀ ਕਿ ਸਪੈਸੀਫਿਕਲੀ 24-hour ਫ੍ਰੀ ਇਲੈਕਟ੍ਰੀਸਿਟੀ ਐਗਰੀਕਲਚਰਲ ਪਰਪਸਿਸ ਲਈ ਦੇਣ ਦੀ ਕੀ ਨੈਗੇਟਿਵਸ ਨੇ ਜਾਂ ਕੀ ਡਰਾਬੈਕਸ ਨੇ। ਪਹਿਲਾਂ ਉਹਦੇ ਵਿੱਚ ਇਹੀ ਸੀਗਾ ਕਿ ਇਹ ਇਟ ਲੀਡਸ ਟੂ, ਮਤਲਬ ਗਰਾਊਂਡ ਵਾਟਰ ਦੀ ਓਵਰ ਐਕਸਪਲੋਇਟੇਸ਼ਨ ਹੁੰਦੀ ਹੈ ਇਹਦੇ ਨਾਲ। ਦੂਸਰਾ ਸੀਗਾ ਕਿ ਜਿਹੜੀ ਬੋਰਵੈਲ ਦੀ ਇੰਟੈਂਸਿਟੀ ਹੈ ਉਹ ਵਧਾਉਣੀ ਪੈਂਦੀ ਹੈ, ਜੇ ਬੋਰ ਸਿਰਫ ਸਪੋਜ਼ ਇੱਕ ਪਰਟੀਕੂਲਰ ਸਾਈਜ਼ ਦਾ ਹੈ ਉਹਨੂੰ ਵੱਡਾ ਕਰਨਾ ਪੈਂਦਾ। ਅੱਛਾ, ਜਿਹੜਾ ਵੱਡਾ ਕਰਕੇ ਵੀ ਨਹੀਂ ਚੱਲਦਾ ਫਿਰ ਉਹ ਫੇਲ, ਜੇ ਬੋਰਵੈਲ ਫੇਲ ਹੀ ਹੋ ਗਿਆ ਕਿਉਂਕਿ ਪਾਣੀ ਹੀ ਨਹੀਂ ਹੈ, ਜਦੋਂ ਓਵਰ ਐਕਸਪਲੋਇਟੇਸ਼ਨ ਹੈ ਫਿਰ ਲੋਕ ਨਵੇਂ ਬੋਰਵੈਲ ਕਰਦੇ ਆ, ਉਹ ਵੀ ਬਿਲਕੁਲ ਹੀ, ਮਤਲਬ ਇਟ ਇਜ਼ ਨੋਟ ਰੈਗੂਲੇਟਡ ਐਟ ਆਲ, ਆਪਾਂ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਹੋ ਰਿਹਾ। ਸੋ ਉਹਦੇ ਵਿੱਚ ਇੱਕ ਬੜੀ ਵਾਈਟਲ ਕੰਕਲੂਜਨ ਸੀਗੀ ਕਿ ਇਹ ਸਾਰੇ ਨੂੰ ਰੋਕਣ ਵਾਸਤੇ ਅਸੀਂ, ਪਹਿਲੀ ਗੱਲ ਤਾਂ ਆਫਕੋਰਸ 24/7 ਫ੍ਰੀ ਦੇਣਾ ਤੇ ਵਾਇਬਲ ਹੈ ਹੀ ਨਹੀਂ। ਦੂਸਰਾ ਉਹਦੇ ਵਿੱਚ ਇੱਕ ਬੜੀ ਵਧੀਆ ਕੰਕਲੂਜਨ ਸੀਗੀ ਕਿ ਅਸੀਂ ਮੀਟਰ ਕਿਉਂ ਨਹੀਂ ਇੰਸਟਾਲ ਕਰਦੇ, ਕਿਉਂਕਿ ਅਸੀਂ ਸਟੈਪ ਬਾਏ ਸਟੈਪ ਜਾਵਾਂਗੇ, ਅਗਰ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ ਐਗਰੀਕਲਚਰ ਪਰਪਸਿਸ ਲਈ ਤੇ ਅਸੀਂ ਮੀਟਰ ਇੰਸਟਾਲ ਕਰ ਸਕਦੇ ਹਾਂ। ਉਹਦੇ ਵਿੱਚ ਕੀ ਹੋਗਾ, ਐਟਲੀਸਟ ਜਿਹੜੀ ਯੂਸੇਜ ਹੈ ਉਹ ਤਾਂ ਪਤਾ ਲੱਗ ਜਾਏਗੀ। ਜੇ ਅਸੀਂ ਸਬਸਿਡੀ ਵੀ ਦੇਣਾ ਚਾਹੁੰਦੇ ਹਾਂ, ਅਸੀਂ ਕਿਸੇ ਸਪੈਸੀਫਿਕ ਐਗਰੀਕਲਚਰ ਯੂਜ਼ਰ ਨੂੰ ਇਹ ਕਹਿ ਸਕਦੇ ਹਾਂ ਕਿ ਤੁਹਾਡੀ ਰਿਕੁਆਇਰਮੈਂਟ ਤੋਂ ਜ਼ਿਆਦਾ ਤੁਸੀਂ ਯੂਜ਼ ਕਰ ਰਹੇ ਹੋ, ਉਹਨਾਂ ਨੂੰ ਅਸੀਂ ਯੂਨਿਟਸ ਦੇ ਸਕਦੇ ਹਾਂ, ਔਰ ਇਹ ਕੋਈ ਮੁਸ਼ਕਿਲ। You are raising very prominent two points, that one, ਤਾਂ ਬਿਜਲੀ ਦੀ ਖਪਤ ਕਿੰਨੀ ਹੋ ਰਹੀ ਆ ਪ੍ਰਤੀ ਮੋਟਰ, ਉਹਦਾ ਮੀਟਰ ਹੋਣਾ ਚਾਹੀਦਾ, ਐਂਡ ਦੂਸਰਾ ਜੋ ਮੈਂ ਸਮਝ ਪਾ ਰਹੀ ਹਾਂ ਕਿ ਪਾਣੀ ਦੀ ਵਰਤੋਂ ਇੱਕ ਟਿਊਬਵੈਲ ਤੇ ਕਿੰਨੀ ਹੋ ਰਹੀ ਹੈ ਇਹਦਾ ਵੀ ਇੱਕ ਮੀਟਰ ਜ਼ਰੂਰ ਹੋਣਾ ਚਾਹੀਦਾ। ਕਿ ਬਿੱਲ ਨਹੀਂ ਲੈਣਾ, ਦੈਟਸ ਅ ਡਿਫਰੈਂਟ ਸਟੋਰੀ, ਪਰ ਆਪਣੇ ਕੋਲ ਡਾਟਾ ਤਾਂ ਹੋਵੇ ਕਿ ਕਿੰਨੀ ਬਿਜਲੀ ਦੀ ਵਰਤੋਂ ਹੋ ਰਹੀ ਹੈ ਤੇ ਕਿੰਨਾ ਪਾਣੀ ਕੱਢਿਆ ਜਾ ਰਿਹਾ ਹੈ। ਜੀ ਪਲੀਜ਼ ਕੰਟੀਨਿਊ। ਉਹਦੇ ਵਿੱਚ ਜੀ ਪ੍ਰੋਬਲਮ, ਬਿਲਕੁਲ ਤੁਸੀਂ ਯੂ ਹਿੱਟ ਦੀ ਨੇਲ ਔਨ ਦਾ ਹੈਡ। ਪ੍ਰੋਬਲਮ ਇਹ ਹੈ ਕਿ ਜਦੋਂ ਫ੍ਰੀ ਚੱਲਦਾ ਹੈ ਉਦੋਂ ਫਿਰ, ਅੱਜ ਕੱਲ੍ਹ ਸਭ ਕੋਲ ਮਾਡਰਨ ਇਕੁਇਪਮੈਂਟ ਹੈ ਜੀ, ਇਹ ਸਭ ਕੁਝ ਰਿਸਰਚ ਦੇ ਵਿੱਚ ਮੈਂ ਪੜਿਆ, ਮੈਨੂੰ, ਮੈਂ ਕਿਤੇ ਗਰਾਊਂਡ ਤੇ ਨਹੀਂ ਗਿਆ, ਮੈਂ ਸਭ ਕੁਝ, ਐਵਰੀਥਿੰਗ ਇਜ਼ ਡਾਕੂਮੈਂਟਡ, ਮੈਂ ਉੱਥੋਂ ਹੀ ਦੱਸ ਰਿਹਾ, ਮੇਰੇ ਸਾਡੀ PIL ਦੇ ਵਿੱਚ ਔਨ ਰਿਕਾਰਡ ਹੈ। ਲੋਕਾਂ ਨੇ ਆਟੋ ਸਟਾਰਟਰਸ ਲਾਏ ਹੋਏ ਨੇ ਜਿਹਦੇ ਵਿੱਚ ਮੋਟਰਸ ਉਹ ਘਰ ਬੈਠੇ ਸਟਾਰਟ ਕਰ ਦਿੰਦੇ ਨੇ, ਉਹ ਪਤਾ ਨਹੀਂ ਗਰਾਊਂਡ ਤੇ ਕਿੰਨਾ ਪਾਣੀ ਜਾ ਰਿਹਾ ਨਹੀਂ ਜਾ ਰਿਹਾ, ਕਿਉਂਕਿ ਫ੍ਰੀ ਹੈ, ਅਨਮੀਟਰ ਹੈ, ਕੋਈ ਪ੍ਰੋਬਲਮ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਐਟਲੀਸਟ ਸਬਸਿਡੀ ਦੇਣੀ ਬਹੁਤ ਅੱਛੀ ਗੱਲ ਹੈ, ਬਿਕੋਜ਼ ਵੀ ਆਰ ਅ ਵੈਲਫੇਅਰ ਸਟੇਟ, ਸਾਨੂੰ, ਅਸੀਂ ਸੋਸ਼ਲਿਸਟ ਹੈਗੇ ਹਾਂ, ਸਾਨੂੰ ਵੈਲਫੇਅਰ ਵੀ ਹਰ ਇੱਕ ਆਦਮੀ, ਹਰ ਇੱਕ ਸੈਕਸ਼ਨ ਆਫ ਦੀ ਸੋਸਾਇਟੀ ਦਾ ਵੈਲਫੇਅਰ ਦੇਖਣਾ ਹੀ ਦੇਖਣਾ ਹੈ। ਔਰ ਉਹਦੇ ਵਾਸਤੇ ਪੰਜਾਬ ਸਰਕਾਰ ਦਾ ਬਹੁਤ ਅੱਛਾ ਇੱਕ ਡਿਸੀਜਨ ਹੈਗਾ ਕਿ 8 ਘੰਟੇ ਫ੍ਰੀ ਦੇ ਰਹੇ, ਬਟ 24-hour ਤੇ ਹੈ ਹੀ ਨਹੀਂ, ਪਾਲਿਸੀ ਨਹੀਂ ਹੈ ਕੋਈ ਵੀ। ਐਕਚੁਅਲੀ ਗੱਲ ਇਸ ਤੋਂ ਵੀ ਕਿਤੇ ਵੱਡੀ ਹੈਗੀ, ਜੇ ਆਪਾਂ ਗਰਾਊਂਡ ਦੀ ਗੱਲ ਕਰਦੇ ਹੈਗੇ ਆ, ਤਾਂ ਅਗਰ ਕਿਸੇ ਦੀ 24 ਘੰਟੇ ਫੀਡਰ ਦੇ ਵਿੱਚੋਂ ਮੋਟਰ ਚੱਲਦੀ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ 24 hours ਹੀ ਮੋਟਰ ਚਲਾਈ ਰੱਖਦੇ ਨੇ, ਕਿਉਂਕਿ ਉਨੀ ਵਰਤਣਗੇ ਜਿੰਨੀ ਉਹਨਾਂ ਨੂੰ ਜ਼ਰੂਰਤ ਹੈ। ਪਰ ਪ੍ਰੋਬਲਮ ਇੱਥੇ ਇਹ ਆ ਜਾਂਦੀ ਹੈ ਕਿ ਇਹ ਗੈਰ ਕਾਨੂੰਨੀ ਹੈ, ਇਹ ਕਾਨੂੰਨ ਦੇ ਖਿਲਾਫ ਹੈ, ਵਿਵਸਥਾ ਦੇ ਖਿਲਾਫ ਹੈ, ਪਲੱਸ ਬਹੁਤ ਵੱਡਾ ਡਾਟਾ ਜਿਹੜਾ ਅੱਗੇ ਵੀ ਇਕੱਠਾ ਕਰਨ ਵਾਲਾ ਹੈ ਆਪਣੇ ਲਈ,
ਕਿ ਨਾਜਾਇਜ਼ ਮੋਟਰਾਂ ਕਿੰਨੀਆਂ ਨੇ ਜਿਹੜੀਆਂ ਕਿਸੇ ਵੀ ਗਿਣਤੀ ਦੇ ਵਿੱਚ ਕਿਸੇ ਵੀ ਲਿਸਟ ਦੇ ਵਿੱਚ ਹੈ ਹੀ ਨਹੀਂ ਹਜੇ ਵੀ ਆਪਣੀ ਏਦਾਂ ਦੀ ਬਹੁਤ ਡਾਟਾ ਸਾਡੇ ਕੋਲ ਲੋਕ ਕਮੈਂਟ ਕਰਦੇ ਨੇ ਦੱਸਦੇ ਨੇ ਕਿ 2 ਕਿੱਲੇ ਪਿੱਛੇ ਵੀ ਕਈਆਂ ਦੇ ਕੋਲ ਮੋਟਰ ਹੈਗੀ ਹੈ ਕਈਆਂ ਦੇ ਕੋਲ 10 ਕਿੱਲਿਆਂ ਪਿੱਛੇ ਇੱਕ ਮੋਟਰ ਹੈ ਔਰ ਕਿਸੇ ਕੋਲ 2 ਕਿੱਲੇ ਪਿੱਛੇ ਵੀ ਇੱਕ ਮੋਟਰ ਹੈ ਇਹ ਜਿਹੜਾ ਬਹੁਤ ਵੱਡਾ ਇਨਡਿਫਰੈਂਸ ਹੈ ਸਰ ਵੈਸੇ ਮੈਂ ਇਹ ਜਿਹੜੀ ਪੂਰੀ ਇੰਟਰਵਿਊ ਕਰ ਰਹੀ ਸੀ ਤੁਹਾਡੇ ਨਾਲ ਇਹਦਾ ਕੰਟੈਕਸਟ ਮੇਰਾ ਇਹੀ ਸੀ ਮੇਨ ਕਿ ਸਾਡੀ ਸਰਕਾਰ ਜਿਹੜੀ ਫਾਈਨੈਂਸ਼ੀਅਲ ਕ੍ਰੰਚ ਦੇ ਵਿੱਚ ਹੈਗੀ ਇਸ ਸਮੇਂ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਫਸੇ ਹੋਏ ਨੇ ਸੈਲਰੀਜ਼ ਡਿਲੇ ਹੋਈਆਂ ਨੇ ਇਸ ਮਹੀਨੇ ਔਰ ਕਿਤੇ ਨਾ ਕਿਤੇ ਸਬਸਿਡੀਜ਼ ਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣਾ ਫਾਈਨੈਂਸ ਕਮਿਸ਼ਨ ਜਿਹੜੇ ਅਗਲੇ ਆਉਣ ਵਾਲੇ ਨੇ ਉਹ ਇੱਥੇ ਆ ਕੇ ਗਏ ਨੇ ਉਹਨਾਂ ਨੇ ਕਾਫੀ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ ਸਬਸਿਡੀਜ਼ ਨੂੰ ਰੈਸ਼ਨਲਾਈਜ਼ ਕਰੋ ਹਿਮਾਚਲ ਨੇ ਕੀਤਾ ਔਰ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਵੀ ਇਹਨਾਂ ਸਬਸਿਡੀਜ਼ ਨੂੰ ਰੈਸ਼ਨਲਾਈਜ਼ ਕਰਨ ਦੀ ਇੱਕ ਛੋਟਾ ਬੇਬੀ ਸਟੈਪ ਜਿਹੜਾ ਹੈਗਾ ਉਹ ਪੁੱਟਿਆ ਹੈਗਾ ਔਰ ਇਹਦੇ ਇਸ ਤੋਂ ਪਹਿਲਾਂ ਤੁਹਾਡੀ ਕੋਲ ਇਹ ਜਿਹੜੀ PIL ਹੈਗੀ ਆ ਤੁਸੀਂ ਕੋਰਟ ਦੇ ਵਿੱਚ ਲਿਜਾ ਚੁੱਕੇ ਸੀਗੇ ਸੋ ਕੁਛ ਵੀ ਤੁਸੀਂ ਇਹਦੇ ਵਿੱਚ ਹੋਰ ਕਹਿਣਾ ਚਾਹੋ ਜੋ ਵੀ ਤੁਹਾਡੇ ਕੋਲ ਐਕਸਟਰਾ ਕੋਈ ਜਾਣਕਾਰੀ ਹੋਵੇ ਅੱਗੇ ਕੀ ਹੋਏਗਾ ਇਹਦੇ ਵਿੱਚ ਬੜਾ ਅੱਛਾ ਪੁਆਇੰਟ ਲਿਆ ਜੀ ਫਾਈਨੈਂਸ ਕਮਿਸ਼ਨ ਦਾ ਹੁਣੇ ਸਾਰੇ ਜਾਣਦੇ ਨੇ 16th 16ਵਾਂ ਫਾਈਨੈਂਸ ਕਮਿਸ਼ਨ ਪੰਜਾਬ ਦੇ ਵਿੱਚ ਵਿਜ਼ਿਟ ਉਹਨਾਂ ਨੇ ਕੀਤਾ ਸੀਗਾ ਸੋ ਉਹਦੇ ਵਿੱਚ ਪੰਜਾਬ ਨੇ 800 ਕਰੋੜ ਡਿਮਾਂਡ ਕੀਤਾ ਸੀ ਫੋਰ ਅ ਸਪੈਸੀਫਿਕ ਪਰਪਸ ਵਿਚ ਇਜ਼ ਗਰਾਊਂਡ ਵਾਟਰ ਕੰਜ਼ਰਵੇਸ਼ਨ ਹੁਣ ਕੁਐਸਚਨ ਇਹ ਹੈ ਕਿ ਇੱਕ ਪਾਸੇ ਉਹਦਾ ਅਸੀਂ ਫਾਈਨੈਂਸ ਕਮਿਸ਼ਨ ਤੋਂ ਪੈਸੇ ਡਿਮਾਂਡ ਕਰ ਰਹੇ ਹਾਂ ਉੱਥੇ ਅਸੀਂ ਡਿਮਾਂਡ ਰੱਖ ਰਹੇ ਹਾਂ ਕਿ ਸਾਨੂੰ 800 ਕਰੋੜ ਚਾਹੀਦਾ ਗਰਾਊਂਡ ਵਾਟਰ ਨੂੰ ਬਚਾਉਣ ਵਾਸਤੇ ਦੂਸਰੇ ਪਾਸੇ ਅਸੀਂ ਜੋ ਸਾਡੇ ਸਾਹਮਣੇ ਹੈ ਜੋ ਸਾਨੂੰ RTI ਦੇ ਵਿੱਚ ਪਤਾ ਹੈ ਕਿ ਫ੍ਰੀ ਮੋਟਰਾਂ ਚੱਲ ਰਹੀਆਂ 24 ਘੰਟੇ ਪਾਣੀ ਉਹਨਾਂ ਨੂੰ ਬਿਜਲੀ ਮਿਲ ਰਹੀ ਹੈ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਅਸੀਂ ਉੱਥੇ ਇਹ ਲਿਖ ਦਿੰਦੇ ਹਾਂ ਕਿ ਵਿਰੋਧ ਹੋ ਰਿਹਾ ਇਸ ਕਰਕੇ ਮੈਟਰ ਅੰਡਰ ਕੰਸਿਡਰੇਸ਼ਨ ਹੈ ਸੋ ਉਹ ਜਿਹੜਾ ਤੁਸੀਂ ਹੁਣ ਦੂਸਰਾ ਜਿਹੜੇ ਤੁਸੀਂ ਪੁਆਇੰਟ ਆਊਟ ਕੀਤਾ ਕਿ ਜਿਹੜੇ ਹੁਣ ਸਰਕਾਰ ਨੇ ਸਟੈਪਸ ਲਏ ਨੇ ਉਹ ਦੇ ਆਰ ਇਨਫੈਕਟ ਉਹ ਅਪਰੀਸ਼ੀਏਟ ਕਰਨੇ ਚਾਹੀਦੇ ਨੇ ਬਿਕੋਜ਼ ਕਿਸੇ ਵੀ ਚੀਜ਼ ਨੂੰ ਇਸ ਲੈਵਲ 'ਤੇ ਕਰਨ ਲਈ ਬੇਬੀ ਸਟੈਪਸ ਲੈ ਕੇ ਹੀ ਕੀਤਾ ਜਾ ਸਕਦਾ ਸਡਨਲੀ ਕਰੋਗੇ ਅਤੇ ਉਹਦੇ ਵਿੱਚ ਉਹਦੇ ਹੋਰ ਫਾਲੋਆਊਟਸ ਨਿਕਲਦੇ ਨੇ ਸੋ ਲੈਟਸ ਹੋਪ ਬਿਕੋਜ਼ ਇਹਦੇ ਵਿੱਚ ਹੁਣ ਐਜ਼ ਜੋ ਜਿਹੜੀ ਅੱਜ ਇੱਥੋਂ ਗੱਲ ਸ਼ੁਰੂ ਕਰ ਰਹੇ ਸੀਗੇ ਵੀ ਇਹ ਹੁਣ ਮੈਟਰ 9000 ਮੋਟਰਾਂ ਦੀ ਸਾਨੂੰ ਇਨਫੋਰਮੇਸ਼ਨ ਅੱਜ ਜਿਵੇਂ ਪਬਲਿਕ 'ਚ ਆਈ ਹੈ ਸੋ ਉਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਹੀ ਜਾ ਰਹੇ ਹਾਂ ਸੋ ਫਾਰ ਐਜ਼ ਜਿਹੜਾ ਇਸ਼ੂ ਹੈਗਾ 24 ਘੰਟੇ ਐਗਰੀਕਲਚਰ ਟਿਊਬਵੈਲਸ ਨੂੰ ਫ੍ਰੀ ਬਿਜਲੀ ਦੇਣ ਦਾ ਸੋ ਉਹ ਹੋਪਫੁਲੀ ਉਹਨੂੰ ਰੋਕਿਆ ਜਾਏਗਾ ਤੇ ਉਹਨੂੰ ਐਜ਼ ਪਰ ਪਾਲਿਸੀ ਕੀਤਾ ਜਾਏ 8 ਘੰਟੇ ਦੋ ਕੋਈ ਪ੍ਰੋਬਲਮ ਨਹੀਂ ਹਾਂਜੀ ਗੁਰਨੂਰ ਜੀ ਆਖਰੀ ਸਵਾਲ ਮੈਂ ਤੁਹਾਡੇ ਅੱਗੇ ਲੈ ਕੇ ਆ ਰਹੀ ਹੈਗੀ ਆ ਕਿ ਇਹ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਪਿਛਲੇ ਕਪਲ ਆਫ ਮੰਥਸ ਤੋਂ ਚਾਹੇ ਮਾਈਨਿੰਗ ਨਾਲ ਜੁੜਿਆ ਮੁੱਦਾ ਹੋਵੇ ਚਾਹੇ ਨੈਸ਼ਨਲ ਹਾਈਵੇਜ਼ ਲਈ ਜ਼ਮੀਨ ਅਕਵਾਇਰ ਕਰਨ ਦਾ ਮੁੱਦਾ ਹੋਵੇ ਚਾਹੇ ਡਰੱਗ ਪੈਡਲਰਸ ਦੇ ਉੱਤੇ ਕੀ ਕਾਰਵਾਈ ਕੀਤੀ ਆ ਸਟੇਟ ਨੇ ਉਹਦਾ ਮੈਟਰ ਹੋਵੇ ਚਾਹੇ ਗੈਂਗਸਟਰਸ ਦੀਆਂ ਇੰਟਰਵਿਊਜ਼ ਜੇਲ੍ਹ ਦੇ ਵਿੱਚੋਂ ਹੁੰਦੀਆਂ ਉਹਨਾਂ ਦਾ ਮਸਲਾ ਹਰ ਇੱਕ 'ਤੇ ਕਾਰਵਾਈ ਜਿਹੜੀ ਹੈ ਉਹਦੇ ਆਦੇਸ਼ ਜਿਹੜੇ ਨੇ ਉਹ ਆਨਰੇਬਲ ਕੋਰਟਸ ਤੋਂ ਹੀ ਆ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਬਹੁਤ ਵਾਰੀ ਜਿਨ੍ਹਾਂ 'ਤੇ ਇਹੋ ਜਿਹੇ ਫਰਮਾਨ ਆਏ ਨੇ ਉਹਨਾਂ ਦੇ ਫੈਸਲੇ ਆਏ ਨੇ ਜਿਨ੍ਹਾਂ 'ਤੇ ਪੰਜਾਬ ਸਰਕਾਰ ਨੇ ਐਕਸ਼ਨ ਕੀਤਾ ਅਤੇ ਕੰਮ ਹੁੰਦਾ ਨਜ਼ਰ ਆਉਂਦਾ ਹੈ ਸੋ ਇਹ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ PIL ਲੋਕ ਜਨਹਿਤ ਪਟੀਸ਼ਨ ਲੈ ਕੇ ਕੋਰਟ ਜਾਂਦੇ ਨੇ ਔਰ ਉੱਥੋਂ ਇਹ ਕਾਰਵਾਈਆਂ ਹੁੰਦੀਆਂ ਨੇ ਹਾਊ ਡੂ ਯੂ ਸੀ ਦਿਸ ਇਜ਼ ਇਟ ਅ ਗੁੱਡ ਸਾਈਨ ਸਰਟਨਲੀ ਵਕੀਲਾਂ ਲਈ ਤਾਂ ਗੁੱਡ ਹੈ ਪੰਜਾਬ ਸਰਕਾਰ ਲਈ ਪੰਜਾਬ ਲਈ ਨਹੀਂ ਇਹ ਜੀ ਬੇਸਿਕਲੀ ਇਹ ਜਿਹੜੇ ਸਾਡਾ ਕੰਸਟੀਟਿਊਸ਼ਨ ਜਿਹੜੀ ਸੰਵਿਧਾਨ ਹੈ ਇਹ ਤਾਂ ਉਹਦਾ ਇੱਕ ਬੇਸਿਕ ਸਟਰਕਚਰ ਹੈ ਕਿ ਅਸੀਂ
ਤਿੰਨ ਆਰਗਨਸ ਨੇ ਜਿਹੜੇ ਜੁਡੀਸ਼ਰੀ, ਐਗਜ਼ੈਕਟਿਵ ਅਤੇ ਲੈਜਿਸਲੇਚਰ। ਉਹਦੇ ਵਿੱਚ ਲੈਜਿਸਲੇਚਰ ਨੇ ਲਾਅ ਬਣਾਉਣਾ ਹੈ, ਸਾਡੇ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾਅ ਬਣਦਾ, ਐਗਜ਼ੈਕਟਿਵ ਨੇ ਉਸ ਲਾਅ 'ਤੇ ਐਕਟ ਅਪੋਨ ਕਰਨਾ, ਅਤੇ ਜਿਹੜੀ ਜੁਡੀਸ਼ਰੀ ਹੈ, ਜਿਹੜੇ ਆਨਰੇਬਲ ਕੋਰਟਸ ਨੇ, ਉਹ ਵਾਚ ਗਾਰਡ ਨੇ, ਉਹਨਾਂ ਨੇ ਦੇਖਣਾ ਹੈ ਕਿ ਜਿਹੜਾ ਲਾਅ ਬਣ ਰਿਹਾ ਹੈ ਉਹਦੇ 'ਤੇ ਐਕਸ਼ਨ ਲਿਆ ਜਾ ਰਿਹਾ ਹੈ ਕਿ ਨਹੀਂ ਲਿਆ ਜਾ ਰਿਹਾ। ਅਗਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ, ਕੋਈ ਵੀ ਸਰਕਾਰੀ ਅਥਾਰਟੀ ਐਕਸ਼ਨ ਲੈਂਦੀ ਹੈ ਜਿਹੜਾ ਕਿ ਉਸ ਕਾਨੂੰਨ ਦੇ ਅਕੋਰਡਿੰਗਲੀ ਗੈਰ ਕਾਨੂੰਨੀ ਹੈ, ਜਾਂ ਫਿਰ ਕੋਈ ਐਸੀ ਚੀਜ਼ ਨਹੀਂ ਕਰਦੀ ਜੋ ਉਹਨਾਂ ਨੂੰ ਕਰਨੀ ਚਾਹੀਦੀ ਹੈ, ਜਿਵੇਂ ਅਸੀਂ ਲਾਅ ਦੇ ਵਿੱਚ ਕਹਿੰਦੇ ਹਾਂ ਐਨੀ ਇਨਐਕਸ਼ਨ ਔਰ ਐਕਸ਼ਨ ਔਨ ਦੀ ਪਾਰਟ ਆਫ ਦੀ ਗਵਰਨਮੈਂਟ। ਸੋ ਉਹਦੇ ਵਾਸਤੇ ਕੋਰਟਸ ਕੋਲ ਜਿਹੜੀਆਂ ਰਿਟ ਜੂਰਿਸਡਿਕਸ਼ਨ ਨੇ, ਉਹਦੇ ਵਿੱਚ ਪਾਵਰ ਡਿਫਾਈਨਡ ਹੈ ਕਿ ਉਹ ਗਵਰਨਮੈਂਟ ਨੂੰ, ਐਗਜ਼ੈਕਟਿਵ ਨੂੰ ਡਾਇਰੈਕਸ਼ਨ ਦੇ ਸਕਦੀਆਂ ਨੇ ਕਿ ਤੁਹਾਡੀ ਇਹ ਕਾਨੂੰਨੀ ਡਿਊਟੀ ਹੈ ਜਿਹੜੀ ਤੁਸੀਂ ਕਰਨ ਦੇ ਵਿੱਚ ਜਾਂ ਮੇ ਬੀ ਨਾਕਾਮਯਾਬ ਹੋ ਰਹੇ ਹੋ ਜਾਂ ਪੂਰੇ ਸਹੀ ਤਰੀਕੇ ਨਾਲ ਨਹੀਂ ਉਹਨੂੰ ਕਰ ਪਾ ਰਹੇ। ਸੋ ਉਹਦੇ ਵਿੱਚ ਇਹ ਅੱਜ ਦੀ ਗੱਲ ਨਹੀਂ ਹੈ, ਇਹ ਤਾਂ ਸ਼ੁਰੂ ਤੋਂ ਹੀ, ਸਿੰਸ ਦ ਇਨਸੈਪਸ਼ਨ ਆਫ ਦਿਸ ਡੈਮੋਕ੍ਰੇਸੀ, ਇਹ ਸਿਸਟਮ ਤਾਂ ਇਸ ਤਰ੍ਹਾਂ ਹੀ ਚੱਲ ਰਿਹਾ ਕਿ ਕੋਰਟਸ ਦੇ ਵਿੱਚ ਅਸੀਂ ਇਸ਼ੂਜ਼ ਲੈ ਕੇ ਜਾਂਦੇ ਹਾਂ ਜਿਹੜੇ ਜਿੱਥੇ ਅਸੀਂ ਇਹ ਕਲੇਮ ਕਰਦੇ ਹਾਂ ਕਿ ਕੋਈ ਗਵਰਨਮੈਂਟ ਅਥਾਰਟੀ ਜਿਹੜੀ ਹੈ ਉਹ ਚੀਜ਼ ਨੂੰ ਨਹੀਂ ਕਰ ਰਹੀ, ਔਰ ਫਿਰ ਕੋਰਟ ਡਾਇਰੈਕਸ਼ਨ ਦਿੰਦਾ ਹੈ ਔਰ ਉਹ ਫਿਰ ਕੰਪਲਾਈ ਵਿਦ ਕਰਦੇ ਆ, ਬਿਕੋਜ਼ ਇਸ ਸਿਸਟਮ ਦੇ ਵਿੱਚ ਸੈਲਫ ਚੈੱਕ ਇੱਕ ਮੈਕੈਨਿਜ਼ਮ ਹੈਗਾ। ਐਂਡ ਹੁਣ ਜਿਹੜਾ ਸਾਡਾ ਇੱਕ ਫੋਰਥ ਪਿੱਲਰ ਹੈ ਮੀਡੀਆ, ਉਹ ਦੈਟ ਇਜ਼ ਦੀ ਫੋਰਥ ਪਿੱਲਰ ਆਫ ਦੀ ਡੈਮੋਕ੍ਰੇਸੀ, ਉਹ ਵੀ ਤੁਹਾਡਾ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਯੋਗਦਾਨ ਹੈ ਕਿ ਤੁਸੀਂ ਵੀ ਹਰ ਚੀਜ਼ ਨੂੰ ਯੂਨੋ ਅਵੇਅਰ ਕਰਾਉਂਦੇ ਹੋ ਲੋਕਾਂ ਨੂੰ ਪਤਾ ਲੱਗਦਾ ਕਿ ਸਾਡੇ ਰਾਈਟਸ ਵੀ ਨੇ, ਠੀਕ ਹੈ। ਉਹ ਫਿਰ ਜੇ ਲੋਕਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਸਾਡੇ ਰਾਈਟਸ ਕੀ ਨੇ, ਤੇ ਉਹ ਨਾ ਤੇ ਉਹ ਲਾਇਰ ਕੋਲ ਜਾਏਗਾ ਨਾ ਉਹ ਫਿਰ ਕੋਰਟ 'ਚ ਜਾ ਪਾਏਗਾ, ਕਿਉਂਕਿ ਆਪਣੇ ਰਾਈਟਸ ਪਤਾ ਹੋਣੇ ਜ਼ਰੂਰੀ। ਸੋ ਉਹ ਤੁਹਾਡੇ ਤੇ ਵੀ ਉਹਦਾ ਕ੍ਰੈਡਿਟ ਜਾਂਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਲੋਕਾਂ ਵਿੱਚ ਅਵੇਅਰਨੈਸ ਕਰ ਰਹੇ ਹੋ। ਗੁਰਨੂਰ ਜੀ, ਅੱਜ ਦੀ ਗੱਲਬਾਤ ਨੂੰ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਥੇ ਸਮੇਟਣਾ ਚਾਹੀਦਾ ਹੈਗਾ। ਕਾਫੀ ਇਨਫੋਰਮੇਸ਼ਨ ਆਪਾਂ ਲੋਕਾਂ ਅੱਗੇ ਰੱਖੀ ਆ। ਮੇਨ ਇਨਫੋਰਮੇਸ਼ਨ ਇਹ ਰੱਖਣੀ ਜ਼ਰੂਰੀ ਸੀ ਕਿ ਇਟਸ ਨੋਟ ਦ ਪੰਜਾਬ ਸਰਕਾਰ ਜਿਹਨੇ ਆਪਣੇ ਕਿਸੇ ਤਰਕ ਸੰਗਤ 'ਤੇ ਫੈਸਲਾ ਲਿਆ ਇੱਕਦਮ ਕਿ ਹਾਂਜੀ ਅੱਜ ਅਸੀਂ ਨਜਾਇਜ਼ ਮੋਟਰਾਂ ਜਿਹੜੀਆਂ ਨੇ ਉਹਨਾਂ ਦਾ ਡਾਟਾ ਇਕੱਠਾ ਕਰਕੇ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰਾ ਆਡੀਅੰਸ ਨੂੰ ਦੱਸਣ ਦਾ ਮਕਸਦ ਇਹ ਸੀ ਕਿ ਨਹੀਂ, ਇਸ ਤੋਂ ਪਹਿਲਾਂ ਇੱਕ PIL ਹਾਈ ਕੋਰਟ 'ਚ ਚੱਲ ਰਹੀ ਸੀ ਔਰ ਉਸ PIL ਦੇ ਵਿੱਚ ਐਡਵੋਕੇਸੀ ਤੁਹਾਡੀ ਹੈਗੀ ਹੈ, ਔਰ ਮੈਂ ਇਹ ਰੂਬਰੂ ਕਰਵਾਉਣਾ ਚਾਹੁੰਦੀ ਸੀ ਆਡੀਅੰਸ ਦੇ ਲਈ ਕਿ ਪਹਿਲਾਂ ਹੀ ਐਕਸ਼ਨ ਲਿਆ ਜਾ ਚੁੱਕਾ ਸੀ ਸਮਾਜ ਦੇ ਇੱਕ ਰਿਸਪੋਂਸੀਬਲ ਸੈਕਸ਼ਨ ਵੱਲੋਂ, ਤੇ ਉਸ ਤੋਂ ਬਾਅਦ ਹੁਣ ਸਰਕਾਰ ਨੇ ਐਕਟ ਕੀਤਾ ਹੈਗਾ। ਇਹ ਵਾਰਤਾਲਾਪ ਸਾਡੇ ਨਾਲ ਕੀਤੀ ਗੁਰਨੂਰ ਜੀ, ਤੁਹਾਡਾ ਬਹੁਤ ਧੰਨਵਾਦ, ਔਰ ਅੱਗੇ ਵੀ ਇਸ ਮੈਟਰ ਦੀਆਂ ਅਪਡੇਟਸ ਲਈ ਤੁਹਾਡੇ ਨਾਲ ਜੁੜੇ ਰਹਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਇਟਸ ਅ ਪਲੇਜ਼ਰ। ਥੈਂਕ ਯੂ।